ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ। ਸਾਡੇ ਬਹੁਤ ਹੀ ਮਾਣਯੋਗ ਜਿਹੜੇ ਇੱਥੇ ਬੜੇ ਪਿਆਰੇ ਤੇ ਹਰਮਨ, ਜਿਹਨਾਂ ਦੇ ਵਿੱਚ ਸਭ ਤੋਂ ਵਧੀਆ ਇਲਾਜ ਤੋਂ ਚੰਗੀ ਤਰ੍ਹਾਂ ਇਹਨਾਂ ਦਾ ਰਿਜ਼ਲਟ, ਹਰ ਤਰ੍ਹਾਂ ਦੇ ਮਰੀਜ਼ ਨੂੰ ਤੰਦਰੁਸਤੀ ਕਰਕੇ ਹੱਥ ਦੇ ਖੇਡ ਕਰਕੇ ਜੇ ਤਾਂ ਅਸੀਂ ਡਾਕਟਰ ਸਾਹਿਬ ਸਾਡੇ ਜੁੜ ਚੁੱਕੇ ਨੇ ਡਾਕਟਰ ਸਾਹਿਬ ਅਸੀਂ ਗੱਲ ਕਰਾਂਗੇ ਸਰ ਜੀ। ਮਹਿਰਬਾਨੀ, ਪੇਸ਼ੈਂਟ ਵਿਕਰਮ ਆਇਆ ਹੁਣੇ ਥੋੜ੍ਹੀ ਦੇਰ ਪਹਿਲਾਂ, ਅੱਧਾ ਘੰਟਾ ਹੋ ਗਿਆ, ਉਹਦੀ ਹੈੱਡ ਇੰਜਰੀ ਹੈ, ਅਲਾਇਸਿਸ ਹੀ ਹੈ ਕਿ ਰੋਡ ਸਾਈਡ ਐਕਸੀਡੈਂਟ 'ਚ ਕਾਰ ਹਿੱਟ ਕਰ ਗਈ ਹੈ ਜਿਹਦੇ ਕਰਕੇ ਪੇਸ਼ੈਂਟ ਦੀ ਸਿਰ ਦੀ ਸੱਟ ਲੱਗੀ ਹੈ। ਪੇਸ਼ੈਂਟ ਅਨਕੋਨਸ਼ੀਅਸ ਹੈ, ਉਹ ਮੇਰੇ ਵੀ ਭਰਾ ਤੇ ਲੈ ਕੇ ਆਏ ਹਨ, ਔਰ ਉਹ ਬੱਚਾ ਹਜੇ ਕਾਫੀ ਜ਼ਿਆਦਾ ਸੀਰੀਅਸ ਹੈ, ਅਸੀਂ ਉਹਦਾ ਇਲਾਜ ਕਰ ਰਹੇ ਹਾਂ, ਔਰ ਅਗਾਂਹ ਹਜੇ ਆਉਣ ਵਾਲੇ ਰਿਪੋਰਟਾਂ ਤੋਂ ਬਾਅਦ ਦੱਸਿਆ ਜਾਏਗਾ, ਬਟ ਇਸ ਵੇਲੇ ਪੇਸ਼ੈਂਟ ਸੀਰੀਅਸ ਹੈਗਾ। ਬਹੁਤ ਮਾੜੀ ਗੱਲ ਹੈ ਕਿ ਰਸਤੇ 'ਚ ਐਕਸੀਡੈਂਟ ਕਰਕੇ ਲੋਕ ਬੱਚੇ ਸੁੱਟ ਜਾਂਦੇ ਆ, ਇਸ ਕਰਕੇ ਸਰਕਾਰ ਨੇ ਫਰਿਸ਼ਤੇ ਸਕੀਮ ਲਿਆਉਣੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਹਰ ਇੱਕ ਬੰਦਾ ਜਿਹੜਾ ਰਸਤੇ 'ਚ ਐਕਸੀਡੈਂਟ ਹੋ ਜਾਂਦਾ ਉਹਦਾ ਇਲਾਜ ਜਿਹੜਾ ਉਹ ਚੁੱਕ ਕੇ ਜਾਏਗਾ, ਉਹਨੂੰ ਡਾਕਟਰ ਕਰ ਰਹੇ। ਹੁਣ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਬੰਦਾ ਸੱਟ ਵਾਲੇ ਮੈਨੂੰ ਲੈ ਕੇ ਆਉਂਦਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਪੈਦਾ ਨਹੀਂ ਹੋਏਗੀ। ਜਿਵੇਂ ਪਹਿਲਾਂ ਲੋਕ ਡਰਦੇ ਸੀ ਕਿ ਸਿਰ 'ਤੇ ਸੜਕ 'ਤੇ ਡਿੱਗੇ ਮੈਨੂੰ ਚੁੱਕਦੇ ਨਹੀਂ ਸੀ ਕਿ ਸਾਨੂੰ ਜਾ ਕੇ ਕੋਈ ਸਵਾਲ ਹੋਣਗੇ, ਪੁਲਿਸ ਇਨਫੋਰਮੇਸ਼ਨ ਹੋਏਗੀ, ਪਰੇਸ਼ਾਨੀ ਹੋਏਗੀ, ਹੁਣ ਸਰਕਾਰ ਵੱਲੋਂ ਇਹ ਚੀਜ਼ ਹੋ ਚੁੱਕੀ ਹੈ ਕਿ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ। ਰਸਤੇ 'ਚ ਅਗਰ ਕਿਸੇ ਦਾ ਵੀ ਕੋਈ ਵੀ ਐਕਸੀਡੈਂਟ ਹੁੰਦਾ ਤਾਂ ਹਰ ਬੰਦਾ ਜਿਹੜਾ ਉਹਨੂੰ ਚੁੱਕ ਕੇ ਲਿਆਉਂਦਾ ਉਹਨੂੰ ਅਸੀਂ ਫਰਿਸ਼ਤੇ ਦਾ ਨਾਮ ਦਿੰਦੇ ਹਾਂ। ਇਸ ਕਰਕੇ ਇਸ ਤਰ੍ਹਾਂ ਦੇ ਬੱਚਿਆਂ ਲਈ ਸਾਨੂੰ ਸਭ ਨੂੰ ਸਮਝਣਾ ਚਾਹੀਦਾ ਕਿ ਇਸ ਤਰ੍ਹਾਂ ਨਾਲ ਭੱਜਣਾ ਗਲਤ ਹੈ, ਔਰ ਡਰਾਈਵਿੰਗ ਸੇਫ ਕਰਨੀ ਚਾਹੀਦੀ ਹੈ, ਨਸ਼ਾ ਪੀ ਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ। ਅਗਰ ਕਿਤੇ ਨਾ ਕਿਤੇ ਰਸਤੇ 'ਚ ਕੋਈ ਬੰਦਾ ਸੱਟ ਲੱਗ ਕੇ ਡਿੱਗ ਜਾਂਦਾ ਉਹਨੂੰ ਇਮੀਜੇਟਲੀ ਲਿਆ ਕੇ ਆਉਣ ਵਾਲੇ ਨੂੰ ਅਸੀਂ ਇਨਾਮ ਵੀ ਦਿੰਦੇ। ਸਰ ਜੀ, ਇੱਕ ਡੀਟੀਆਰ ਤੁਸੀਂ ਉਹਨੇ ਗੱਲ ਕੀਤੀ ਵੀ ਚਲੋ ਲੈ ਕੇ ਆਉਣ ਜਿਹੜਾ ਸਾਡਾ ਇਨਸਾਨੀਅਤ ਫਰਜ਼, ਪਰ ਉਹਨੇ ਸਾਈਡ ਮਾਰ ਕੇ ਦੌੜਨ ਦੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ। ਉਹਨਾਂ ਨੂੰ ਬਿਲਕੁਲ ਸਜ਼ਾ ਦੇਣੀ ਚਾਹੀਦੀ। ਅੱਜ ਕੱਲ੍ਹ ਦੌੜਨਾ ਹਰ ਇੱਕ ਜਗ੍ਹਾ 'ਤੇ CCTV ਕੈਮਰੇ ਲੱਗੇ, ਬੰਦੇ ਤਾਂ ਟੇਸ ਹੋ ਜਾਂਦੇ ਆ ਪਰ ਉਹਨਾਂ ਦੀ ਬੇਵਕੂਫੀ ਲੱਗਦੀ। ਗੈਰ ਇਨਸਾਨੀਅਤ ਹੈ ਕਿ ਅਗਰ ਹੁਣ ਸੱਟ ਲੱਗ ਗਈ ਹੈ ਤਾਂ ਆਪਾਂ ਭੱਜ ਜਾਈਏ ਇੱਥੋਂ, ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹੁਣ ਤਾਂ ਉਹਨਾਂ ਨੂੰ ਉਸ ਵੇਲੇ ਸਪੋਰਟ ਕਰੇ ਜਦੋਂ ਆਪਣਾ ਪਰਿਵਾਰ ਵੀ ਹੋ ਸਕਦਾ, ਕੋਈ ਜ਼ਰੂਰੀ ਥੋੜ੍ਹੀ ਕਿ ਹਰ ਬੰਦੇ ਦੀ ਇੱਕ ਦੂਸਰੇ ਦੀ ਲੋੜ ਹੈ ਜੀ। ਇਸ ਤਰ੍ਹਾਂ ਦੀ ਸਰ ਚਲੋ ਅਚਾਨਕ ਹੋ ਵੀ ਸਕਦਾ, ਅਚਾਨਕ ਦੁਰਘਟਨਾ ਹੁੰਦੀ ਹੈ, ਕੋਈ ਜਾਣ ਬੱਝ ਕੇ ਨਹੀਂ ਐਕਸੀਡੈਂਟ, ਪਰ ਉਹਦਾ ਫਰਜ਼ ਬੰਦਾ ਸੀ ਲੈ ਕੇ ਗੱਡੀ ਖਿਲਾਫ ਦੌੜਨ ਦੀ ਕੋਸ਼ਿਸ਼। ਕੋਈ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰਦਾ, ਕੋਈ ਜਾਣ ਬੁੱਝ ਕਿਸੇ ਦਾ ਦੁਸ਼ਮਣੀ ਨਹੀਂ ਹੈਗੀ, ਪਰ ਜੇ ਕਿਤੇ ਹੋ ਗਿਆ ਤਾਂ ਉਹਨੂੰ ਨਾਲ ਲੈ ਕੇ ਤੁਰਨਾ ਉਹਦਾ ਫਰਜ਼ ਬਣਦਾ, ਇਹੀ ਤਾਂ ਕਿਹਾ ਜਾਂਦਾ। ਇਨਸਾਨ ਤਾਂ ਇਨਸਾਨ ਦੇ ਕੰਮ ਆਉਣਾ ਨਾ, ਇਹ ਤਾਂ ਗਲਤ ਹੈ ਇਸ ਤਰ੍ਹਾਂ ਲੈ ਕੇ ਤੁਰਨਾ, ਅਸੀਂ ਲੈ ਕੇ ਭੱਜ ਜਾਣਾ, ਕਿਉਂ ਭੱਜਣਾ, ਗਲਤ ਗੱਲ ਹੈ। ਲਓ ਜੀ, ਬਹੁਤ ਸਾਡੇ ਜਿਹੜੇ ਇੰਨੇ ਮਾਣਯੋਗ ਸਤਿਕਾਰਯੋਗ ਡਾਕਟਰ ਸਾਹਿਬ ਆ, ਜਿਹੜਾ ਬੜਾ ਹੀ ਵਧੀਆ ਕਹਿੰਦਾ, ਉਹਨਾਂ ਨੇ ਕਿਹਾ ਕਿ ਇੱਕ ਇਨਸਾਨੀ ਫਰਜ਼ ਬਣਦਾ ਜੇ ਅਗਰ ਲਾਗੂ ਕਿ ਐਕਸੀਡੈਂਟ ਹੋ ਗਿਆ, ਅਚਾਨਕ ਹੋ ਗਿਆ, ਤੁਹਾਨੂੰ ਫਰਜ਼ ਬਣਦਾ ਸੀ ਉਹਨਾਂ ਲੈ ਕੇ ਹੋਸਪਿਟਲ ਦਾ, ਪਰ ਉਹ ਭੱਜਣ ਦੀ ਤਾਂ ਦੇ ਵਿੱਚ ਫਰਾਰ ਹੋਣ ਦੀ ਤਾਂ ਵਿੱਚ ਇੱਥੇ ਦੌੜਿਆ, ਜਿਹਦਾ ਸਮਾਜ ਸੀਵਲ ਨੂੰ ਇਹਦਾ ਟਰੇਸ ਨੰਬਰ ਕੀਤਾ ਗਿਆ, ਟਰੇਸ ਕਰਕੇ ਅਸੀਂ ਉਹਨਾਂ ਦਾ ਤੁਹਾਨੂੰ ਵਟਸਐਪ 'ਤੇ ਵੀ ਕੀਤਾ ਗਿਆ, ਔਰ ਫੋਨ 'ਚ ਦੱਸਿਆ ਗਿਆ, ਵਾਰ ਵਾਰ ਨੰਬਰ ਦਿੱਤਾ ਗਿਆ, ਅਤੇ ਅਸੀਂ ਇਸ ਤੋਂ ਬਾਅਦ ਜਿਹੜੀ ਬੱਚੇ ਦੇ ਜੋ ਆ ਗਏ ਆ ਉਹਦੇ ਚਾਚਾ ਜੀ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਅੱਛਾ ਬੇਟਾ ਜੀ, ਅੱਜ ਦਾ ਜਿਹੜਾ ਆਪਣੇ ਬੇਟੇ ਦਾ ਹੋਇਆ ਐਕਸੀਡੈਂਟ, ਇਹਦੇ ਬਾਰੇ ਲਿਆਓ ਟੋਪ ਅਵੇਲੇਬਲ, ਅਸੀਂ ਸ਼ਾਟਾ ਰੋਡ ਹਸਪੀਟਲ ਤੋਂ ਦਿਖਾ ਰਹੇ ਹਾਂ, ਅਤੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੋਂ ਦੇ ਹੋਸਪਿਟਲ ਦੇ। ਕੀ ਨਾਂ ਕੀ ਹੈ ਇਹ ਲੜਕੇ ਦਾ? ਨਾਂ ਵਿਕਰਮ ਹੈ। ਵਿਕਰਮ ਜੀ, ਦੇਖੋ ਛੋਟਾ ਜਿਹਾ ਲੜਕਾ ਹੈਗਾ ਵਿਕਰਮ, ਇਹ ਜਾ ਰਹੇ ਸੀ ਠੀਕ ਹੈ ਨਾਲ ਆਪਣੇ ਚਲੋ ਜੀ ਅੰਕਲ ਦੇ ਨਾਲ ਜਾ ਰਹੇ ਸੀ, ਰਾਹ 'ਚ ਉਹਨਾਂ ਨੇ ਇੱਕ ਰਾਹ ਪਾਰ ਕਰਨ ਲੱਗਿਆ ਗੱਡੀ ਮਾਰ ਕੇ ਸੁੱਟ ਗਈ ਇਹਨਾਂ ਵਗੈਰਾ, ਰੋੜਾ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਹਜੇ ਤਾਂ ਡਾਕਟਰ ਸਾਹਿਬ ਨੇ ਕਿਹਾ ਇੱਕ ਘੰਟੇ ਦਾ ਟਾਈਮ ਦਿੱਤਾ, ਤੁਸੀਂ ਕਿੱਥੇ ਦੇਖਦੇ ਪਏ ਹੋ ਕੀ ਹਾਲਾਤ ਹੈਗੇ ਨੇ। ਹਸਪਤਾਲ ਬਹੁਤ ਵਧੀਆ ਹੈਗਾ, ਜਿਹੜਾ ਇਲਾਜ ਪੂਰਾ ਕਰਦੇ ਆ ਵਗੈਰਾ, ਡਾਕਟਰ ਸਾਹਿਬ ਖੁਦ ਆਪ ਵੇਖਣ ਆਏ, ਤੁਸੀਂ ਦੇਖ ਆਪ ਜੀ ਦੀ ਵੀ ਜਾਣੇ ਤਾਂ ਕਰ ਰਹੇ ਹਾਂ ਵੀ ਉੱਥੇ ਕੋਈ ਵੀ ਟਰੈਫਿਕ ਪੁਲਿਸ ਨਹੀਂ ਸੀ, ਗੱਡੀ ਨਹੀਂ ਤੇਜ਼ ਲੈ ਕੇ ਭਜਾ ਕੇ ਲੈ ਗਏ, ਅਤੇ ਇਸ ਤੋਂ ਇਲਾਵਾ ਜੋ ਇਹ ਚੱਲਦਾ ਵਾ
ਉਹ ਰੂਲ ਦੇ ਐਕਟ ਉਹਨਾਂ ਦਾ ਐਫ ਆਈ ਦਰਜ ਲੌਂਚ ਬਣ ਗਈ ਅਤੇ ਅਸੀਂ ਇਹ ਬੱਚੇ ਦਾ ਜਿਹੜਾ ਰੋਡਾ ਸਪੈਸ਼ਲ ਦਾਖਲ ਕਰਾਇਆ ਗਿਆ ਵਾ ਅਤੇ ਜਦਕਿ ਉਸ 'ਤੇ ਲੋਅ ਨਹੀਂ ਹੈਗਾ ਸਰਕਾਰ ਦਾ ਕੋਈ ਵੀ ਜਿਹੜੀ ਉਹ ਟਰਾਂਸਪ ਜਿਹੜੀ ਲੈ ਕੇ ਜਿਹੜਾ ਪ੍ਰਾਈਵੇਟ ਗੱਡੀ ਲੈ ਕੇ ਜਾਈਏ ਅਤੇ ਬੱਚਾ ਤਾਂ ਪੈਦਲ ਜਾ ਰਿਹਾ ਸੀ ਅਤੇ ਬੱਚਾ ਕਰੋਸ ਕਰ ਗਏ ਇੰਨੀ ਤੇਜ਼ੀ ਅਤੇ ਉਹਨੇ ਇੱਕ ਸਾਈਡ ਮਾਰੀ ਗੱਡੀ ਦੀ ਜਿਹਦੇ ਨਾਲ ਬੱਚਾ ਡਿੱਗ ਪਿਆ ਜਿੱਥੇ ਸੱਟ ਲੱਗਣ ਕਰਕੇ ਤੁਸੀਂ ਉਹਦਾ ਨੰਬਰ ਨੋਟ ਕੀਤਾ ਨੰਬਰ ਨੋਟ ਕੀਤਾ ਸੀ ਗੱਡੀ ਦਾ ਹਾਂਜੀ ਨੰਬਰ ਨੋਟ ਨੰਬਰ ਕੀ ਹੈਗਾ ਬੋਲੋ ਨੰਬਰ ਅੱਗੇ ਦੁਬਾਰਾ ਤੁਹਾਨੂੰ ਫਿਰ ਰਿਪੀਟ ਕਰ ਦਊਗਾ ਦੋ ਬੰਦੀ ਕਾਰਵਾਈ ਜਿਹੜੀ ਪ੍ਰਸ਼ਾਸਨ ਨੂੰ ਕੀਤੀ ਜਾਏਗੀ ਤੇ ਜਿਹੜੇ ਲਾਗੇ ਥਾਣਾ ਜਿਹੜਾ ਛਾਟਾ ਜੀ ਦੇ ਏਰੀਆ ਚ ਪੈਂਦਾ ਉੱਥੇ ਲੈ ਕੇ ਜਾ ਰਹੇ ਹਾਂ ਲੈ ਕੇ ਤੋ ਐਫ ਆਈ ਆਰ ਲੌਂਚ ਕੀਤੀ ਜਾਵੇਗੀ ਤੇ ਜੋ ਬੰਦੀ ਕਾਰਵਾਈ ਜੋ ਕੀਤੀ ਜਾਏਗੀ ਠੀਕ ਹੈ ਜੀ ਉਹ ਕਰੋ ਬਾਈ ਸਾਡੇ ਜਿਹੜਾ ਬੇਟਾ ਵਿਕਰਮ ਜੀ ਉਹਦੇ ਚਾਚਾ ਜੀ ਜੁੜ ਚੁੱਕੇ ਨੇ ਸਾਡੇ ਆ ਗਏ ਨੇ ਉਹ ਦੇਖ ਰਹੇ ਆ ਅਤੇ ਅੱਜ ਬੇਟਾ ਇੱਕ ਗੱਲ ਸੁਣਾ ਬੇਟੇ ਆਪਣੇ ਤਾਂ ਇੱਕ ਤਰ੍ਹਾਂ ਗੱਲ ਹੋਈ ਆ ਤੂੰ ਦੌੜਨ ਲੱਗੇ ਗੱਡੀ ਅਤੇ ਕਿਉਂ ਦੌੜੇ ਤੱਕ ਉਹ ਲੈ ਕੇ ਆਉਣਾ ਚਾਹੀਦਾ ਸੀ ਸਰ ਜੀ ਇਹ ਉਹਨਾਂ ਵਾਸਤੇ ਬਹੁਤ ਜ਼ਿਆਦਾ ਗਲਤ ਗੱਲ ਹੈਗੀ ਹੈ ਇਸ ਤਰ੍ਹਾਂ ਰੋਡ ਐਕਸੀਡੈਂਟ ਹੋ ਗਿਆ ਐਕਸੀਡੈਂਟ ਕਰਕੇ ਭੱਜ ਗਏ ਨੇ ਫਰਾਰ ਹੋ ਗਏ ਨੇ ਕਿਸੇ ਨੂੰ ਜ਼ਿਆਦਾ ਸੀਰੀਅਸ ਸੱਟ ਲੱਗ ਜਾਂਦੀ ਕੋਈ ਜਾਨੋਂ ਵੀ ਜਾ ਸਕਦਾ ਹੈ ਉਹਨਾਂ ਦਾ ਫਰਜ਼ ਬਣਦਾ ਸੀਗਾ ਕਿ ਉਹਨਾਂ ਨੂੰ ਬੱਚੇ ਨੂੰ ਜੇਕਰ ਸੱਟ ਲੱਗ ਗਈ ਹੈ ਤਾਂ ਉਹਨਾਂ ਨੂੰ ਹੋਸਪਿਟਲ ਲੈ ਕੇ ਆਉਂਦੇ ਜੋ ਟਾਈਮ ਸਿਰ ਇਲਾਜ ਹੋਵੇ ਤਾਂ ਬੱਚੇ ਦੀ ਜਾਨ ਬਚ ਸਕੇ ਇਸ ਤਰ੍ਹਾਂ ਜੇਕਰ ਕੋਈ ਵੀ ਨਾ ਲੈ ਕੇ ਆਵੇ ਤਾਂ ਕੁਛ ਵੀ ਹੋ ਸਕਦਾ ਹੈ ਪੈਰ 'ਤੇ ਅਤੇ ਸੋ ਇਹੀ ਦਰਖਾਸ਼ਤ ਹੈ ਅੱਗੇ ਕਈ ਤਰ੍ਹਾਂ ਦੁਰਘਟਨਾ ਜਿਹੜੀਆਂ ਉਹ ਸਾਈਡ ਚੱਲ ਰਹੀ ਹੈ ਜਿਹੜੀ ਜਿੱਥੇ ਏਆਰਟੀਏ ਬੱਸਾਂ ਦਾ ਵਿੱਚ ਬਣਿਆ ਵਾ ਠੀਕ ਹੈ ਜਿਹੜੀ ਮੈਟਰੋ ਬਣੀ ਆ ਉਹਦੇ ਵਿੱਚ ਕਰੋਸ ਨਹੀਂ ਹੈ ਪਰ ਇਹ ਲੋਕ ਕਿਉਂ ਲੈ ਕੇ ਜਾਂਦੇ ਆ ਗੱਡੀ ਇਹ ਤਾਂ ਬਹੁਤ ਜ਼ਿਆਦਾ ਗਲਤ ਗੱਲ ਹੈ ਇਹ ਤਾਂ ਸਾਡੇ ਸਰਕਾਰ ਨੂੰ ਵੀ ਚਾਹੀਦਾ ਮਤਲਬ ਟ੍ਰੈਫਿਕ ਪੁਲਿਸ ਨੂੰ ਵੀ ਚਾਹੀਦਾ ਇਸ ਚੀਜ਼ ਨੂੰ ਕੰਟਰੋਲ ਕਰਨਾ ਕਿ ਜਿਹੜੀ ਇਹ ਜਿਹੜੀ ਮੈਟਰੋ ਬੱਸ ਦੀ ਸੜਕ ਬਣੀ ਹੋਈ ਹੈ ਸਿਰਫ ਇਹਦੇ 'ਚ ਉਹ ਬੱਸ ਹੀ ਚੱਲੇ ਅਦਰਵਾਈਜ਼ ਦੂਜਾ ਸਾਧਨ ਨਾ ਚੱਲੇ ਇਹ ਜੋ ਸਰਕਾਰ ਦੀ ਸੁਧੀ ਪੁਲਿਸ ਵਾਲੇ ਦੇ ਦੇਖੋ ਜੀ ਟ੍ਰੈਫਿਕ ਪੁਲਿਸ ਵਾਲੇ ਉੱਥੇ ਹੋਣੇ ਚਾਹੀਦੇ ਮਗਰ ਕੋਈ ਹੁੰਦਾ ਨਹੀਂ ਹੁੰਦਾ ਨਹੀਂ ਕੋਈ ਜੇਕਰ ਹੁੰਦਾ ਵੀ ਤਾਂ ਕੋਈ ਕੰਟਰੋਲ ਨਹੀਂ ਕਰ ਰਿਹਾ ਜੇਕਰ ਇਹੀ ਕੰਟਰੋਲ ਕੀਤਾ ਹੋਏ ਤਾਂ ਕੋਈ ਉਹਦੇ ਵਿੱਚ ਦੂਜਾ ਇੱਧਰ ਸਾਧਨ ਕੋਈ ਕਰੋਸ ਕਰ ਹੀ ਨਹੀਂ ਸਕਦਾ ਜਿਵੇਂ ਤੁਹਾਡਾ ਭਤੀਜਾ ਜਿਵੇਂ ਜੇ ਕੋਈ ਕਿਹਾ ਡਾਕਟਰ ਕਹਿੰਦੇ ਇੱਕ ਘੰਟੇ ਤੱਕ ਟਾਈਮ ਦਿੱਤਾ ਮਗਰ ਇਹ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਵਕਤ ਇਹਨਾਂ ਦੀ ਜਿਹੜੀ ਕੰਡੀਸ਼ਨ ਕਾਫੀ ਸੀਰੀਅਸ ਹੈਗੀ ਹੈ ਉਹ ਡਾਕਟਰ ਸਾਹਿਬ ਨੇ ਇੱਕ ਘੰਟੇ ਦਾ ਟਾਈਮ ਦਿੱਤਾ ਹੋਇਆ ਇੱਕ ਘੰਟੇ ਤੋਂ ਬਾਅਦ ਇਹਨਾਂ ਦਾ ਸਕੈਨ ਵਗੈਰਾ ਕਰਵਾਉਂਦੇ ਉਸ ਤੋਂ ਬਾਅਦ ਰਿਜ਼ਲਟ ਆਏਗਾ ਕਿ ਕਿੰਨੀ ਕੁ ਸੱਟ ਹੈਗੀ ਹੈ ਇਸ ਟਾਈਮ 'ਤੇ ਹਜੇ ਬਿਲਕੁਲ ਮਗਰ ਜੇ ਸਾਡੇ ਇੱਥੇ ਲੋਕਲ ਇੱਥੇ ਰੋੜਾ ਡਾਕਟਰ ਜੀ ਪੈਂਦੇ ਆ ਜਿਹੜੇ ਬਹੁਤ ਵਧੀਆ ਕੰਮ ਕਰਦੇ ਪਏ ਡਾਕਟਰ ਸਾਹਿਬ ਮੈਂ ਖੁਦ ਕਿਹਾ ਹੈਗਾ ਕਿ ਕੋਈ ਮਰੀਜ਼ ਰਾਤ ਨੂੰ ਜਾਂ ਦਿਨੇ ਕੁਛ ਵੀ ਐਕਸੀਡੈਂਟ ਡਿੱਗ ਪੈਂਦਾ ਇੱਥੇ ਲਿਆਉਣ ਮੈਂ ਵਗੈਰਾ ਉਹਦਾ ਇਲਾਜ ਵਗੈਰਾ ਉਹਦਾ ਮੈਂ ਉਹਨੂੰ ਖਰਚਾ ਪਾਣੀ ਦੂੰਗਾ ਮਗਰ ਕਿੱਡੇ ਵਧੀਆ ਕੰਮ ਕੀ ਇਹਨਾਂ ਨੇ ਗੱਲ ਕੀਤੀ।